ਬੇਟੀ ਦਾ ਨਾਮ ਰੱਖਿਆ ਨਿਆਮਤ ਕੌਰ ਮਾਨ। ਮਾਨ ਸਾਹਿਬ ਆਪਣੀ ਛੋਟੀ ਧੀ ਨੂੰ ਆਪਣੀ ਗੱਲ ਨਾਲ ਲਾ ਕੇ ਸੜਕ ਦੇ ਉੱਤੇ ਤੁਰਦੇ ਹੋਏ ਆਪਣੇ ਘਰ ਲੈ ਕੇ ਜਾ ਰਹੇ ਨੇ ਅਤੇ ਢੋਲ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਅਤੇ ਰਸਤੇ ਦੇ ਵਿੱਚ ਫੁੱਲਾਂ ਦੀ ਵਰਖਾ ਕਰਦੇ ਹੋਏ ਮਾਨ ਸਾਹਿਬ ਆਪਣੀ ਧੀ ਨੂੰ ਸੀਐਮ ਹਾਊਸ ਲੈ ਕੇ ਜਾ ਰਹੇ ਨੇ। ਬੀਤੇ ਦਿਨੀਂ ਸੀਐਮ ਮਾਨ ਸਾਹਿਬ ਦੇ ਘਰ ਇੱਕ ਛੋਟੀ ਬੱਚੀ ਜਨਮ ਲੈਂਦੀ ਹੈ ਅਤੇ ਉਸਦੀ ਖੁਸ਼ੀ ਮਾਨ ਸਾਹਿਬ ਆਪਣੇ ਟਵਿੱਟਰ ਦੇ ਉੱਤੇ ਸਾਂਝੀ ਕਰਦੇ ਹਨ ਅਤੇ ਬਹੁਤ ਹੀ ਖੁਸ਼ ਦਿਖਾਈ ਦਿੰਦੇ ਹਨ। ਅਤੇ ਅੱਜ ਮਾਨ ਸਾਹਿਬ ਆਪਣੀ ਛੋਟੀ ਧੀ ਨੂੰ ਆਪਣੀ ਗੱਲ ਨਾਲ ਲਾ ਕੇ ਸੜਕ ਦੇ ਉੱਤੇ ਤੁਰਦੇ ਹੋਏ ਆਪਣੇ ਘਰ ਲੈ ਕੇ ਜਾ ਰਹੇ ਨੇ ਅਤੇ ਢੋਲ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਅਤੇ ਰਸਤੇ ਦੇ ਵਿੱਚ ਫੁੱਲਾਂ ਦੀ ਵਰਖਾ ਕਰਦੇ ਹੋਏ ਮਾਨ ਸਾਹਿਬ ਆਪਣੀ ਧੀ ਨੂੰ ਸੀਐਮ ਹਾਊਸ ਲੈ ਕੇ ਜਾ ਰਹੇ ਨੇ ਅਤੇ ਉਹਨਾਂ ਦੇ ਚਿਹਰੇ ਦੇ ਉੱਤੋਂ ਇੱਕ ਵੱਖਰੀ ਹੀ ਖੁਸ਼ੀ ਦਿਖਾਈ ਦੇ ਰਹੀ ਹੈ। ਉਹਨਾਂ ਦੇ ਨਾਲ ਉਹਨਾਂ ਦੀ ਭੈਣ ਅਤੇ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਨੇ ਅਤੇ ਭਗਵੰਤ ਮਾਨ ਸਾਹਿਬ ਨੇ ਚੱਲਦੇ ਚੱਲਦੇ ਆਪਣੀ ਧੀ ਦਾ ਨਾਮਕਰਨ ਵੀ ਕਰ ਦਿੱਤਾ ਹੈ। ਉਹਨਾਂ ਨੇ ਆਪਣੀ ਧੀ ਦਾ ਨਾਮ ਰੱਖਿਆ ਹੈ ਨਿਆਮਤ ਕੌਰ ਮਾਨ। ਅਤੇ ਹੋਰ ਕੀ ਕਹਿੰਦੇ ਨੇ ਭਗਵੰਤ ਮਾਨ ਸਾਹਿਬ, ਆਓ ਤੁਹਾਨੂੰ ਉਹ ਵੀ ਸੁਣਾਉਂਦੇ ਹਾਂ। ਸਾਡੀਆਂ ਮਾਮੀਆਂ, ਚਾਚੀਆਂ, ਤਾਈਆਂ, ਦਾਦੀਆਂ, ਨਾਨੀਆਂ ਆਈਆਂ ਹੋਈਆਂ ਨੇ ਘਰੇ, ਘਰੇ ਆਈਆਂ ਹੋਈਆਂ ਨੇ। ਜੋ ਇੱਕ ਬੱਚੇ ਦੇ ਆਉਣ ਦੀ ਖੁਸ਼ੀ ਮਨਾਈ ਜਾਂਦੀ ਹੈ, ਜਿਵੇਂ ਮਾਲਵੇ ਦੇ ਪਿੰਡਾਂ 'ਚ, ਕਿਉਂਕਿ ਅਸੀਂ ਛੋਟੇ ਛੋਟੇ ਪਿੰਡਾਂ 'ਚ ਉੱਠ ਕੇ ਆਏ ਹੋਏ ਲੋਕ ਹਾਂ, ਸੋ ਜੋ ਖੁਸ਼ੀ ਮਨਾਈ ਜਾਂਦੀ ਹੈ ਚਾਚੀਆਂ, ਦਾਦੀਆਂ, ਨਾਨੀਆਂ, ਤਾਈਆਂ ਵੱਲੋਂ, ਉਹ ਮਨਾਈ ਜਾਊਗੀ। ਪਰਮਾਤਮਾ ਦਾ ਬਹੁਤ ਸ਼ੁਕਰਾਨਾ ਕਰਦਾ ਕਿ ਵਾਹਿਗੁਰੂ ਨੇ ਦਾਤ ਬਖਸ਼ੀ ਹੈ ਇੱਕ ਤੰਦਰੁਸਤ ਬੱਚਾ, ਔਰ ਡਾਕਟਰ ਗੁਰਪ੍ਰੀਤ ਦੀ ਸਿਹਤ ਵੀ ਬਿਲਕੁਲ ਠੀਕ ਹੈ, ਨਾਰਮਲ ਬੇਬੀ ਹੈ। ਤੇ ਉਹ ਕਹਿੰਦੇ ਆ ਕਿ ਬੱਚਾ ਆਪਣੇ ਭਾ ਆਪ ਲੈ ਕੇ ਆਉਂਦਾ, ਸੋ ਇਹਦੇ ਭਾਗ ਇਹ ਆਪ ਬਣਾਊਗੀ। ਮੈਂ ਤੁਹਾਡੇ ਕਰੋੜਾਂ ਲੋਕਾਂ ਨੂੰ ਤੁਹਾਡੇ ਜ਼ਰੀਏ ਦੱਸਣਾ ਚਾਹੁੰਦਾ, ਬੇਟਾ ਹੋਵੇ ਬੇਟੀ ਹੋਵੇ, ਪਹਿਲੀ ਗੱਲ ਤਾਂ ਇਹ ਦੁਆ ਕਰਿਆ ਕਰੋ, ਅਰਦਾਸ ਕਰਿਆ ਕਰੋ, ਤੰਦਰੁਸਤ ਹੋਵੇ। ਦੂਜਾ ਫਿਰ ਉਹਨੂੰ ਪੜ੍ਹਾਓ, ਉਹਨੂੰ ਮੌਕਾ ਦਿਓ ਉੱਡਣ ਦਾ, ਤੇ ਫਿਰ ਸਾਡੀਆਂ ਧੀਆਂ ਕਿਸੇ ਗੱਲੋਂ ਵੀ ਘੱਟ ਨਹੀਂ ਹੈਗੇ। ਤੇ ਮੈਂ ਬਹੁਤ ਖੁਸ਼ ਹਾਂ ਕਿ ਮੈਂ ਧੀ ਦਾ ਬਾਪ ਬਣਿਆ। ਤੇ ਅਸੀਂ ਚਾਰ ਕੁ ਦਿਨ ਪਹਿਲਾਂ ਇੱਕ ਮੈਂ ਤੇ ਡਾਕਟਰ ਗੁਰਪ੍ਰੀਤ ਨੇ ਇੱਕ ਗਾਣਾ ਸੁਣਿਆ ਸੀ, ਉਹਦੇ ਵਿੱਚ ਇੱਕ ਲਫ਼ਜ਼ ਆਇਆ ਸੀ, ਉਹ ਲਫ਼ਜ਼ ਚੋਂ ਸਾਨੂੰ ਇਹ ਵੀ ਹੋ ਗਿਆ ਕਿ ਜੇ ਬੇਟੀ ਹੁੰਦੀ ਹੈ ਤਾਂ ਉਹਦਾ ਨਾਮ ਆ ਰੱਖ ਸਕਦੇ, ਸੋ ਇਹਦਾ ਨਾਮ ਅੱਜ ਰੱਖਿਆ ਆਉਂਦੇ ਹੋਏ। ਕਿਉਂਕਿ ਦੇਖੋ ਮੈਂ ਨਾਮ ਰੱਖਣ ਨਾਲ ਕੌਲਾਂ ਵੀ, ਜਿਹਨੇ 9 ਮਹੀਨੇ ਆਪਣੀ ਕੁੱਖ 'ਚ ਰੱਖਿਆ, ਉਹਨੂੰ ਪਾਲਿਆ ਅਤੇ ਦੁੱਖ ਮਤਲਬ ਮੁਸ਼ਕਲਾਂ ਝੱਲ ਕੇ ਬੱਚੇ ਨੂੰ ਜਨਮ ਦਿੱਤਾ, ਤਾਂ ਮੈਂ ਕਿਹਾ ਵੀ ਮੈਂ ਡਾਕਟਰ ਗੁਰਪ੍ਰੀਤ ਨਾਲ ਸਲਾਹ ਕਰੂੰਗਾ। ਸੋ ਆਉਂਦੇ ਹੋਏ ਅਸੀਂ ਸਲਾਹ ਕਰਕੇ ਬੇਟੀ ਦਾ ਨਾਮ ਰੱਖਿਆ ਨਿਆਮਤ ਕੌਰ ਮਾਨ। ਨਿਆਮਤ ਕੌਰ ਇੱਕ ਗਾਣੇ 'ਚ ਲਾਈਨ ਆਈ ਸੀ, ਨਿਆਮਤ ਰੱਬ ਦੀ ਦਾਤ, ਖੁਦਾ ਦੀ ਬਖਸ਼ਿਸ਼। ਨਿਆਮਤ ਦਾ ਮਤਲਬ ਹੈ, ਮਤਲਬ ਤੁਹਾਨੂੰ ਕੋਈ ਕੋਈ ਦਾਤ ਦੇਵੇ, ਕੋਈ ਕੋਈ ਬਖਸ਼ਿਸ਼ ਹੋ ਜਾਏ ਤੁਹਾਡੇ ਤੇ ਪਰਮਾਤਮਾ ਦੀ, ਸੋ ਇਹ ਬਖਸ਼ਿਸ਼ ਹੈ। ਸੋ ਨਿਆਮਤ ਅੱਜ
ਸੀਐਮ ਹਾਊਸ ਦੇ ਵਿੱਚ ਐਂਟਰ ਕਰ ਰਹੇ। ਘਰ ਪੂਰਾ ਸਜਾਇਆ ਹੋਇਆ, ਮਾਮੀਆਂ ਚਾਚੀਆਂ ਤਾਈਆਂ ਤਾਈਆਂ ਚਾਚੀਆਂ ਸਾਰੀਆਂ ਅੰਦਰ ਬੈਠੀਆਂ ਨੇ। ਤੇ ਮੈਂ ਲੋਕਾਂ ਨੂੰ ਵੀ, ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ, ਅੱਜ ਬਹੁਤ ਸਾਰੀਆਂ ਧੀਆਂ ਜੰਮੀਆਂ ਹੋਣਗੀਆਂ, ਅੱਜ ਬਹੁਤ ਸਾਰੇ ਪੁੱਤ ਜੰਮੇ ਹੋਣਗੇ, ਬਸ ਇਹੀ ਦੁਆ ਕਰਿਓ, ਇੱਕ ਤਾਂ ਪੜ੍ਹਾ ਲਿਖਾ